हेलो, सत श्री अकाल जी सारिआं नूं। मैं थोड़ा अपना जतेंद्र पिंडां वाले जट चैनल विच स्वागत करदा हां जी। वाहिगुरू जी की कृपा नाल तुसीं सारे वधिया होवोंगे। ते आपां थोनू अज सवेर दी रूटीन दी वीडियो शेयर करांगे थोड़े नाल जी। किसे भैण दा कमेंट आया सी वी तुसीं अपनी सवेर दी रूटीन शेयर करिओ साडे नाल वीडियो। उहनां दी फरमाइश ते अज सवेर दी रूटीन शेयर करांगे जी आपां। ਤੇ ਹੁਣ ਆਪਾਂ ਜਿਮ ਜੁੰਮ ਵਗੈਰਾ ਲਗਾ ਕੇ ਆ ਗਏ, ਸ਼ੇਅਰ ਕਰਕੇ ਆ ਗਏ ਘਰੇ, ਤੇ ਝਾੜੂ ਪੋਚਾ ਤਾਂ ਕਰ ਲਿਆ ਮੰਮੀ ਨੇ, ਤੇ ਹੁਣ ਅੱਗੇ ਦੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਾਂਗੇ। ਜੇ ਫਰੈਂਡ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ। ਜੇ ਤੁਹਾਨੂੰ ਵੀਡੀਓ ਸਾਡੀ ਵੀਡੀਓ ਵਧੀਆ ਲੱਗਦੀ ਹੈ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ। ਚਲੋ ਜੀ, ਅੱਗੇ ਦੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਦੇ। ਲਓ ਜੀ, ਆਪਾਂ ਸਵੇਰ ਦੇ ਨਾਸ਼ਤੇ ਦੇ ਵਿੱਚ ਆਲੂ ਵਾਲੇ ਪਰੌਂਠੇ ਬਣਾ ਰਹੇ ਨੇ ਮੰਮੀ ਜੀ। ਆਹ ਆਲੂਆਂ ਦਾ ਮੈਚ ਪਿਆ ਜੀ ਕਰਿਆ ਹੋਇਆ, ਅਤੇ ਆਪਣਾ ਪਿਆਜ਼ ਪਏ ਨੇ ਚੋਪਰ 'ਚ ਕਰੇ ਹੋਏ, ਅਤੇ ਉੱਧਰ ਆਪਾਂ ਨੇ ਤੇਲ ਰੱਖਤਾ ਜੀ, ਸਰ੍ਹੋਂ ਦਾ ਤੇਲ। ਫਰੈਂਡਸ, ਆਪਾਂ ਤੜਕਾ ਘਰ ਦੇ ਤੇਲ ਦਾ ਹੀ ਲਾਉਂਦੇ ਹਾਂ, ਅਤੇ ਇੱਧਰ ਦੁੱਧ ਗਰਮ ਰੱਖਿਆ ਹੋਇਆ ਮੰਮੀ ਨੇ। ਨਾਲ ਦੀ ਨਾਲ ਦੋ ਦੋ ਕੰਮ ਕਰਦੇ ਨੇ, ਹਾਰਡ ਵਰਕ ਸਾਡੇ ਮੱਝਾਂ ਹੈ ਨਹੀਂ ਜੀ, ਦੁੱਧ ਅਸੀਂ ਮੁੱਲ ਲੈਂਦੇ ਹਾਂ। ਚਲੋ, ਵਾਹਿਗੁਰੂ ਦੀ ਕਿਰਪਾ ਨਾਲ ਮੱਝਾਂ ਵੀ ਆ ਜਾਣਗੀਆਂ। ਤੜਕਾ ਲਗਾ ਕੇ ਲੇਗਾ ਦੁੱਧ ਵਧੀਆ ਫਾਇਦੇ, ਮੰਮੀ ਕਹਿੰਦੇ ਮੁੱਲ ਦੁੱਧ ਲੈ ਕੇ ਫਾਇਦੇ ਜਾਂ। ਵੈਸੇ ਡੰਗਰ ਰੱਖ ਕੇ ਫਾਇਦਾ ਵੀ, ਘਰ ਦਾ ਦੁੱਧ ਹੋ ਜਾਂਦਾ, ਮੱਖਣੀ ਲੱਸੀ ਖੁੱਲ੍ਹਾ ਹੋ ਜਾਂਦਾ। ਚਲੋ, ਅਸੀਂ ਮੁੱਲ ਦੁੱਧ ਮੁੱਲ ਲੈਂਦੇ ਹਾਂ, ਉਹਦੇ ਨਾਲ ਵੀ ਘੀ ਆਪਣਾ ਵਧੀਆ ਹੋਈ ਜਾਂਦਾ, ਘੀ ਵੀ ਕਰ ਲੈਂਦੇ ਆਪਾਂ ਘਰ ਦਾ ਦੇਸੀ, ਅਤੇ ਆਪਾਂ ਦਾਲ ਭਾਜੀਆਂ ਦੇ ਵਿੱਚ ਦੇਸੀ ਘੀ ਵਰ ਲੈਂਦੇ ਹਾਂ ਫਰੈਂਡਸ। ਅਤੇ ਤੜਕਾ ਆਪਾਂ ਤੇਲ ਲਾਉਂਦੇ ਹਾਂ ਸਰ੍ਹੋਂ ਦਾ, ਘਰ ਦੀ ਕਣੀ ਕਢਾ ਕੇ, ਅਤੇ ਹੁਣ ਤੜਕਾ ਲੱਗੂਗਾ ਜੀ। ਮੰਮੀ ਖੁਸ਼ ਨੇ, ਪਹਿਲੀ ਵਾਰ ਵੀਡੀਓ ਬਣ ਰਹੀ ਆ, ਪੂਰੇ ਐਕਸਾਈਟਡ ਨੇ। ਹੁਣ ਤੜਕਾ ਲਗਾਤਾ ਜੀ, ਪਿਆਜ਼ ਪਾ ਕੇ, ਜੀਰਾ ਭੁੰਨ ਗਿਆ ਸੀ, ਇਹ ਤੋਂ ਬਾਅਦ ਆਪਾਂ ਆਲੂ ਇਹਦੇ ਵਿੱਚ ਪਾ ਦਾਂਗੇ ਜੀ, ਜਿਹੜਾ ਤੜਕਾ ਲਾਇਆ ਆਪਾਂ ਨੇ। ਆਹ ਆਪਣਾ ਕਿਚਨ ਹੈ ਜੀ, ਸਾਹਮਣੇ ਭਾਂਡਿਆਂ ਦੀ ਟੋਕਰੀ ਆ, ਸ਼ੈਂਕ ਲੱਗੇ ਹੋਏ ਨੇ, ਅਤੇ ਆ ਥੱਲੇ ਮਤਲਬ ਆਪਾਂ ਨੇ ਲੱਕੜ ਦਾ ਕੰਮ ਹੁਣੇ ਕਰਾਇਆ, ਥੋੜ੍ਹਾ ਕੁ ਟਾਈਮ ਹੋਇਆ ਜੀ। ਆ ਮੋਰੀ ਹੈ ਜੀ, ਅਤੇ ਆ ਫਲ ਫਰੂਟ ਪਏ ਨੇ ਜੀ, ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜੀ। ਅਤੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਸਾਨੂੰ ਜੀ। ਅਤੇ ਜੇ ਸਾਡੀ ਵੀਡੀਓ ਵਿੱਚ ਕੋਈ ਕਮੀ ਪੇਸ਼ੀ ਹੁੰਦੀ ਆ ਤਾਂ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਜੀ, ਤਾਂ ਕਿ ਸਾਨੂੰ ਆਪਣੀ ਗਲਤੀ ਦਾ ਪਤਾ ਲੱਗੇ ਅਤੇ ਨੈਕਸਟ ਵੀਡੀਓ 'ਚ ਉਹ ਗਲਤੀ ਨਾ ਹੋਵੇ ਦੁਬਾਰਾ। ਮਸਾਲਾ ਹੋ ਗਿਆ ਲਾਹ ਜੀ, ਮੈਂ ਉਹਨਾਂ ਦੇ ਭੁੰਨ ਗਿਆ, ਅਤੇ ਹੁਣ ਨੂਣ ਮਿਰਚ ਵਗੈਰਾ ਆਪਣੇ ਹਿਸਾਬ ਨਾਲ ਪਾ ਲੈਣਾ ਜਿੰਨਾ ਤੁਸੀਂ ਖਾਣੇ ਹੋ।
ਅੱਜ ਖਾਵਾਂਗੇ ਆਪਾਂ ਆਲੂ ਵਾਲੇ ਪਰਾਂਠੇ ਮੰਮੀ ਦੇ ਹੱਥ ਦੇ। ਫਰੈਂਡ ਤੁਸੀਂ ਵੀ ਖਾਇਓ, ਤੁਹਾਡੇ ਨਾਲ ਆਪਾਂ ਸ਼ੇਅਰ ਕਰਾਂਗੇ। ਐਡਜਸਟ ਫੈਨ ਚਲਾਤਾ ਜੀ ਆਪਾਂ ਨੇ, ਇਹਦੇ ਨਾਲ ਧੂੰਆਂ ਬਾਹਰ ਨਿਕਲ ਹੀ ਜਾਊਗਾ। ਮਿਰਚਾਂ ਪਾ ਦੀਆਂ ਜੀ। ਹੁਣ ਬਹੁਤ ਹੁੰਦਾ ਜੀ, ਸਵੇਰੇ ਡੈਡੀ ਦੀ ਰੋਟੀ ਜਾਂਦੀ ਆ, ਘਰਦਿਆਂ ਦੀ ਰੋਟੀ, ਆਪਣੀ ਰੋਟੀ, ਬਾਕੀ ਹੋਰ ਕੰਮ ਬਹੁਤ ਹੁੰਦੇ। ਚਲੋ ਕਦੇ ਕਦੇ ਮੈਨੂੰ ਵੀ ਹੈਲਪ ਕਰਾਉਣੀ ਪੈਂਦੀ ਆ, ਘਰ ਦੇ ਕੰਮਾਂ 'ਚ ਕਾਹਦੀ ਛੰਗ ਹੈ ਜੀ, ਆਪਣੇ ਹੀ ਘਰ ਦੇ ਕੰਮ ਹੁੰਦੇ ਆ। ਲਓ ਜੀ ਹੁਣ ਆਪਾਂ ਆਲੂਆਂ ਤੜਕਾ ਲਾਵਾਂਗੇ ਜੀ। ਸਬਜ਼ੀ ਬਣਾਉਣ ਲੱਗੇ ਹਾਂ ਜੀ, ਪਹਿਲਾਂ ਤੜਕਾ ਲਾਵਾਂ ਸਬਜ਼ੀ ਨੂੰ। ਆਲੂਆਂ ਦਾ ਮੈਚ ਕਰਕੇ ਰੱਖਤਾ ਜੀ ਸਾਈਡ 'ਤੇ, ਢੱਕ ਕੇ ਰੱਖਦਾ ਜੀ। ਤਿੰਨ ਤਿੰਨ ਕੰਮ ਹੋ ਰਹੇ ਨੇ, ਬਹੁਤ ਕੰਮ ਹੁੰਦਾ ਜੀ ਸਵੇਰੇ, ਹਾਰਡ ਵਰਕ। ਇਹ ਤਾਂ ਇਕੱਲੇ ਨੇ ਮੰਮੀ, ਤਾਂ ਕਰਕੇ ਔਖਾ ਲੱਗਦਾ। ਕੰਮ ਦਾ ਕਰਨਾ ਪੈਂਦਾ। ਲਓ ਜੀ ਨਾਲ ਦੀ ਨਾਲ ਸਬਜ਼ੀ ਨੂੰ ਤੜਕਾ ਲੱਗ ਰਿਹਾ ਜੀ। ਹੁਣ ਤੇਲ ਗਰਮ ਹੋ ਗਿਆ, ਸਬਜ਼ੀ ਖਾਵਾਂਗੇ ਦੁਪਹਿਰੇ ਨੂੰ, ਸਾਂਝ ਨੂੰ, ਸਬਜ਼ੀ ਭਾਜੀ ਸਵੇਰੇ ਕਰ ਲੈਂਦੇ ਹਾਂ, ਰੋਟੀਆਂ ਨਾਲ ਦੀ ਨਾਲ ਪਕਾ ਦਿੰਦੇ ਹਾਂ ਗਰਮਾ ਗਰਮ। ਪਰ ਕਦੇ ਕਦੇ ਸਾਡੀ ਮੰਮੀ ਗੁੱਸਾ ਵੀ ਕਰ ਜਾਂਦੇ ਆ, ਗੁੱਸਾ ਵੀ ਜ਼ਰੂਰੀ ਆ, ਸਾਰਾ ਦਿਨ ਕੰਮ ਕਰਦੇ ਹਾਂ ਫਿਰ ਹਾਰ ਕੇ ਛਿੱਤਰ ਵੀ ਪੈਂਦੇ ਹਾਂ ਸਾਨੂੰ। ਚਲੋ ਮਾਂ ਬਾਪਾਂ ਨੇ ਛਿੱਤਰ ਦਾ ਕਾਹਦੇ ਹੁੰਦੇ ਨੇ, ਇਹਦਾ ਘਿਓ ਦੀਆਂ ਨਾਲਾਂ ਹੁੰਦੀਆਂ ਨੇ। ਚਲੋ ਸਬਜ਼ੀ ਬਣਾਵਾਂਗੇ ਆਪਾਂ ਆਲੂ ਪਕੌੜੇ। ਹਾਂਜੀ ਆਲੂ ਪਕੌੜੇ। ਪੱਖਾ ਕਰਦੀ ਬੰਦਾ, ਇੱਧਰ ਆਪਣੇ ਆਲੂ ਤਿਆਰ ਹੋ ਰਹੇ ਨੇ ਸਬਜ਼ੀ ਵਾਸਤੇ, ਸਵੇਰੇ ਵਾਲੇ ਸੀ। ਦੁੱਧ ਗਰਮ ਹੋ ਗਿਆ ਜੀ ਆਪਣਾ ਆਪਣਾ। ਹਾਂ ਆਪਣਾ ਮਸਾਲਾ ਤਿਆਰ ਹੋ ਗਿਆ ਜੀ, ਪੇਸਟ ਪਰੌਂਠਿਆਂ ਵਾਸਤੇ ਆਲੂਆਂ ਦਾ। Mm-hmm.
ਤੜਕਾ ਆਪਣਾ ਹੋ ਗਿਆ ਜੀ, ਮਸਾਲਾ ਭੁੰਨ ਗਿਆ ਅਤੇ ਹੁਣ ਆਪਾਂ ਪਾਣੀ ਪਾ ਕੇ ਉਹਨੂੰ ਰਝਾਵਾਂਗੇ ਅਤੇ ਬਾਅਦ 'ਚ ਆਲੂ ਪਾਵਾਂਗੇ ਅਤੇ ਤਿੰਨ ਸੀਟੀਆਂ ਮਰਾਵਾਂਗੇ ਫਿਰ ਸਬਜ਼ੀ ਤਿਆਰ ਧਾਤ ਚੜ੍ਹ ਗਈ ਬਾਈ ਅਤੇ ਫਿਰ ਸਬਜ਼ੀ ਖਾਵਾਂਗੇ ਕੰਮ ਨਾਲ ਦੀ ਨਾਲ ਕਰਨਾ ਪੈਂਦਾ ਨਾਲ ਦੀ ਨਾਲ ਕਹਿੰਦੇ ਵੀ ਬਾਅਦ 'ਚ ਰਹਿ ਨਾ ਜਾਵੇ ਮੇਰੇ ਵੀਰੇ ਲਓ ਜੀ ਆਲੂ ਅਤੇ ਪਕੌੜੇ ਆਲੂ ਜ਼ਿਆਦਾ ਪਕੌੜੇ ਘੱਟ ਮੁੰਡਾ ਨਹੀਂ ਖਾਂਦਾ ਵੀ ਸਾਡਾ ਜਿਹੜਾ ਆਇਆ ਹੋਇਆ ਉਹਦੇ ਨਹੀਂ ਉਹ ਕਹਿੰਦਾ ਵੀ ਆਲੂ ਖਾਣੇ ਤਾਂ ਹੀ ਆਲੂ ਵਰਗਾ ਹੋਇਆ ਪਿਆ ਇਹ ਹੁਣ ਆਲੂ ਪਾ ਤੇ ਜੀ ਆਪਾਂ ਨੇ ਆਲੂ ਉਬਾਲ ਕੇ ਪਾਏ ਨੇ ਜੀ ਸਵੇਰੇ ਫਿਰ ਪਰੌਂਠੇ ਬਣਾਉਣੇ ਸੀ ਆਲੂ ਵਾਲੇ ਨਾਲ ਹੀ ਉਬਾਲਤੇ ਜੀ ਪਰੌਂਠਿਆਂ ਵਾਸਤੇ ਵੀ ਉਬਾਲਤੇ ਅਤੇ ਸਬਜ਼ੀ ਵਾਸਤੇ ਵੀ ਡੈਡੀ ਗੱਡੀ 'ਤੇ ਨੇ ਉਹ ਗੱਡੀ ਚਲਾਉਂਦੇ ਨੇ ਭਾਰਤ ਗੈਸ ਟਰੱਕ ਅਤੇ ਰੋਟੀ ਉਹਨਾਂ ਦੀ ਸਵੇਰੇ ਜਾਂਦੀ ਆ ਅਤੇ ਜਦੋਂ ਸ਼ਾਮ ਨੂੰ ਖਾਲੀ ਹੁੰਦੀ ਆ ਫਿਰ ਸ਼ਾਮ ਨੂੰ ਦੇ ਕੇ ਆਉਣੀ ਪੈਂਦੀ ਇਹ ਰੋਟੀ ਜਦੋਂ ਫੋਨ ਕਰ ਦਿੰਦੇ ਹਾਂ ਉਦੋਂ ਹੀ ਰੋਟੀ ਤਿਆਰ ਕਰਨੀ ਪੈਂਦੀ ਹੈ ਜੀ ਤਾਂ ਹੀ ਸਵੇਰੇ ਸਬਜ਼ੀ ਬਣਾ ਲੈਂਦੇ ਹਾਂ ਅਸੀਂ ਵੀ ਸਾਡੇ ਫਾਦਰ ਸਾਹਿਬ ਦਾ ਕਦੇ ਵੀ ਫੋਨ ਆਉਂਦਾ ਕਿਸੇ ਵੀ ਟਾਈਮ ਔਨ ਦੀ ਸਪੋਟ ਅਤੇ ਨਾਲ ਦੀ ਨਾਲ ਰੋਟੀ ਬਣਾਉਣੀ ਪੈਂਦੀ ਹੈ ਜੀ ਉਹਨਾਂ ਦਾ ਐਂ ਨਹੀਂ ਪਤਾ ਵੀ ਦੁਪਹਿਰ ਨੂੰ ਫੋਨ ਕਰ ਦਾਂ ਸ਼ਾਮੀ ਕਰ ਦਾਂ ਰਾਤੀ ਕਰ ਦਾਂ ਸਵੇਰੇ ਕਰ ਦਾਂ ਕੋਈ ਪਤਾ ਨਹੀਂ ਕੋਈ ਟਾਈਮ ਨਹੀਂ ਡੇਲੀ ਆ ਰਹੇ ਹੈ ਨਾ ਡੇਲੀ ਗੱਡੀ ਲੈ ਕੇ ਆਉਂਦੇ ਨੇ ਪਟਿਆਲੇ ਲਾਲੜੂ ਤੋਂ ਲਾਲੜੂ ਗੈਸ ਪਲਾਂਟ ਆ ਜੀ ਉੱਥੇ ਸਬਜ਼ੀ ਓਕੇ ਹੈ ਜੀ ਬਸ ਇੱਕ ਸੀਟੀ ਮਰਾ ਦੇਣੀ ਆਪਾਂ ਨੇ ਸਬਜ਼ੀ ਬਣ ਕੇ ਤਿਆਰ ਹੈ ਜੀ ਉਹ ਤੋਂ ਬਾਅਦ ਆਪਾਂ ਆਲੂ ਵਾਲੇ ਪਰੌਂਠੇ ਖਾਵਾਂਗੇ ਜੀ ਲਓ ਜੀ ਸਬਜ਼ੀ ਹੋ ਗਈ ਆਪਣੀ ਤਿਆਰ ਜੀ ਬਣ ਕੇ ਅਤੇ ਹੁਣ ਆਪਾਂ ਆਟਾ ਗੁੰਨ ਰਹੇ ਹਾਂ ਮੰਮੀ ਜੀ ਸਵੇਰ ਦੀ ਰੋਟੀ ਦੀ ਤਿਆਰੀ ਵੈਸੇ ਅਸੀਂ ਰੋਟੀ ਉਹ ਖਾਂਦੇ ਹਾਂ ਸਵੇਰੇ ਪਰੌਂਠੇ ਚਲੋ ਕਦੇ ਕਦੇ ਖਾਂਦੇ ਹਾਂ ਜੀ ਸਵੇਰੇ ਪਰੌਂਠੇ ਖਰਾਬ ਕਰਦੇ ਹਾਂ ਜੀ ਤਲੀ ਹੋਈ ਚੀਜ਼ ਕਦੇ ਕਦੇ ਖਾਂਦੇ ਹਾਂ ਜਦੋਂ ਦਿਲ ਜਿਹਾ ਕਰ ਲਓ ਜੀ ਹੁਣ ਆਲੂ ਵਾਲੇ ਪਰੌਂਠੇ ਬਣਾਉਣ ਜਾ ਰਹੇ ਨੇ ਮੰਮੀ ਜੀ ਤਵਾ ਰੱਖਤਾ ਗੈਸ 'ਤੇ ਅਤੇ ਹੁਣ ਗੇੜੇ ਕਰ ਰਹੇ ਨੇ ਸਵੇਰੇ 4 ਵਜੇ ਉੱਠ ਜਾਂਦੇ ਹਾਂ ਮੰਮੀ ਜੀ ਸਵੇਰੇ 4 ਵਜੇ ਉੱਠ ਜਾਂਦੇ ਹਾਂ ਫਿਰ ਉੱਠ ਕੇ ਪਹਿਲਾਂ ਰੱਬ ਦਾ ਨਾਮ ਲੈਂਦੇ ਹਾਂ ਫਿਰ ਚਾਹ ਪਾਣੀ ਪੀ ਕੇ ਸਵੇਰੇ ਸਵੇਰੇ ਝਾੜੂ ਪੋਚਾ ਕਰ ਦਿੰਦੇ ਹਾਂ 7 ਵਜੇ ਤੱਕ ਮੰਮੀ ਅਤੇ ਉਹ ਤੋਂ ਬਾਅਦ ਫਿਰ ਆਪਣਾ ਡੇਲੀ ਦਾ ਕੰਮ ਹੈ ਜੋ ਰੋਟੀ ਦਾਲ ਸਬਜ਼ੀ ਬਣਾਉਣੀ
ਅਤੇ ਸਵੇਰੇ ਫਿਰ ਅਸੀਂ ਜਲਦੀ ਤਾਂ ਕਰਦੇ ਹਾਂ ਕਿਉਂਕਿ ਸਵੇਰੇ 9 ਵਜੇ ਰੋਟੀ 8:30 ਵਜੇ ਰੋਟੀ ਖਾ ਲੈਂਦੇ ਹਾਂ ਅਸੀਂ 8:30 ਜਾਂ 9 ਦੇ ਵਿੱਚ ਵਿੱਚ ਅਤੇ 9:30 ਵਜੇ ਮੈਨੂੰ ਜਾਣਾ ਪੈਂਦਾ ਨਾ ਹਾਜ਼ਰੀ ਲਾਉਣ ਸਟੋਰ ਦੇ ਵਿੱਚ, ਕਿਉਂਕਿ ਸਟੋਰ ਤਾਂ ਬੰਦ ਪਏ ਨੇ, ਹਾਜ਼ਰੀ ਲੱਗਦੀ ਆ ਅਤੇ ਉਹ ਸੈਲਰੀ ਦੇ ਰਹੇ ਨੇ ਅਤੇ ਡੈਡੀ ਦੀ ਰੋਟੀ ਵੀ ਜਾਂਦੀ ਹੈ ਨਾਲ ਦੀ ਨਾਲ, ਫਿਰ ਡੈਡੀ ਦੀ ਰੋਟੀ ਦੇ ਆਉਂਦਾ ਮੈਂ, ਤਾਂ ਕਰਕੇ ਅਸੀਂ 9 ਵਜੇ ਤੱਕ ਕੰਮ ਨਿਬੇੜ ਲੈਂਦੇ। ਬਾਕੀ ਕੰਮ ਫਿਰ ਕੱਪੜੇ ਵਗੈਰਾ ਹੋ ਗਏ ਉਹ ਫਿਰ ਬਾਅਦ 'ਚ ਕਰਦੇ ਨੇ ਮੰਮੀ। ਅਤੇ ਹੁਣ ਆਪਾਂ ਆ ਜਾਓ, ਤੁਹਾਨੂੰ ਆਲੂ ਵਾਲੇ ਪਰੌਂਠੇ ਖਵਾਉਂਦੇ ਹਾਂ ਜੀ। ਅਤੇ ਅਸੀਂ ਤਾਂ ਆਲੂ ਵਾਲੇ ਪਰੌਂਠੇ ਐਵੇਂ ਬਣਾਉਂਦੇ ਹਾਂ ਜੀ, ਇੱਕ ਰੋਟੀ ਥੱਲੇ ਬਣਾ ਕੇ ਵਿੱਚ ਆਲੂ ਵਾਲਾ ਆਲੂ ਲਾ ਕੇ ਪੇਸਟ, ਅਤੇ ਇੱਕ ਉੱਪਰ ਬਣਾ ਕੇ, ਅਤੇ ਐਵੇਂ ਦੂਜੇ ਤਰ੍ਹਾਂ ਹੀ ਬਣਾ ਲੈਂਦੇ ਮੰਮੀ ਕਹਿੰਦੇ, ਪਰ ਅਸੀਂ ਖਾਂਦੇ ਨਹੀਂ ਦੂਜੇ ਤਰ੍ਹਾਂ ਕਿਉਂਕਿ ਸਾਨੂੰ ਐਵੇਂ ਵਧੀਆ ਲੱਗਦੇ ਨੇ। ਅਤੇ ਆਪਣਾ ਦੇਸੀ ਘੀ ਹੈ ਜੀ, ਅਤੇ ਦੇਸੀ ਘੀ ਆਪਾਂ ਆਪਣਾ ਘਰ ਦਾ ਹੀ ਬਣਾਉਂਦੇ ਹਾਂ ਜੀ, ਦੁੱਧ ਲੈ ਕੇ ਆਉਂਦੇ ਉਹਦੇ ਮਲਾਈ ਉਤਰਦੀ ਜਿਹੜੀ, ਉਹਦਾ ਵੀ ਤੱਤੀ ਕਰਕੇ ਦੁੱਧ ਘੀ ਬਣਾ ਲੈਂਦੇ ਹਾਂ, ਦੁੱਧ ਦਾ ਮਲਾਈ ਉਤਰਦੀ ਆ, ਅਤੇ ਜੋ ਬਾਅਦ 'ਚ ਰਹਿ ਜਾਂਦਾ ਵਿੱਚ ਅਤੇ ਉਹਦੇ ਲੱਡੂ ਬਣਾ ਲੈਂਦੇ ਆਪਾਂ। ਤੁਹਾਡੇ ਨਾਲ ਲੱਡੂਆਂ ਦੀ ਰੈਸਪੀ ਵੀ ਸ਼ੇਅਰ ਕਰਾਂਗੇ ਇੱਕ ਦਿਨ, ਵੀ ਜਦੋਂ ਆਪਾਂ ਘੀ ਗਰਮ ਕਰਦੇ ਹਾਂ ਉਹ ਤੋਂ ਬਾਅਦ ਜੋ ਚੀਜ਼ ਰਹਿ ਜਾਂਦੀ ਆ ਉਹਦੇ ਲੱਡੂ ਬਣਦੇ ਨੇ, ਖਾਣ ਵਾਸਤੇ ਆਪਾਂ ਲੱਡੂ ਬਣਾ ਲੈਂਦੇ ਹਾਂ ਉਹਦੇ। ਮੁੰਡਾ ਸਾਡਾ ਦੇਸੀ ਘੀ ਦੇ ਪਰੌਂਠੇ ਖਾ ਕੇ ਹੋ ਜਾਣੇ ਮੋਟੇ। ਬਹੁਤੇ ਰੜੇ ਵੇ ਮੈਂ ਖਾਂਦਾ ਨਹੀਂ ਜੀ, ਆਪਾਂ ਖਾਂਦੇ ਹਾਂ ਬਹੁਤ ਸਿੰਪਲ ਜਿਹੇ ਚਿੱਟੇ ਚਿੱਟੇ ਪਰੌਂਠੇ, ਰੜੇ ਵੀ ਸਾਡਾ ਉਦੋਂ ਖਾਂਦਾ ਜੀ। ਲਿਓ ਜੀ ਖਾਓ ਤੁਸੀਂ ਪਰੌਂਠੇ, ਅਤੇ ਐਵੇਂ ਐਵੇਂ ਕਰਕੇ ਆਪਣੇ ਕੀ ਪਰੌਂਠੇ ਬਣਾ ਲੈਣੇ ਜੀ, ਅਤੇ ਬਾਅਦ 'ਚ ਖਾ ਲੈਣੇ ਜੀ। ਉਹ ਤੁਹਾਡੀ ਮਰਜ਼ੀ, ਤੁਸੀਂ ਕਾਹਦੇ ਨਾਲ ਖਾਣੇ ਹੋ, ਦਹੀਂ ਨਾਲ ਖਾਣੇ ਹੋ, ਮਲਾਈ ਨਾਲ ਖਾਣੇ ਹੋ, ਜਾਂ ਫਿਰ ਚਾਹ ਨਾਲ ਖਾਣੇ ਹੈ ਜੀ। ਸਾਡੀ ਵੀਡੀਓ ਨਾਲ ਐਂਡ ਤੱਕ ਬਣੇ ਰਹੋ ਜੀ, ਅਤੇ ਆ ਜਾਓ ਤੁਸੀਂ ਪਰੌਂਠੇ ਖਾਓ ਜੀ, ਅਤੇ ਅਸੀਂ ਵੀ ਖਾਈਏ, ਅਤੇ ਖਾ ਖਾ ਕੇ ਕੰਮਾਂ ਨੂੰ ਜਾਈਏ। ਲਓ ਜੀ ਆਪਾਂ ਖਾ ਰਹੇ ਹਾਂ ਪਰੌਂਠੇ ਮਲਾਈ ਨਾਲ, ਮੈਂ ਖਾਂਦਾ ਜੀ ਮਲਾਈ ਨਾਲ ਪਰੌਂਠੇ ਮਲਾਈ ਨਾਲ।
ਨਹਾ ਧੋ ਕੇ ਆਪਾਂ ਤਿਆਰ ਹੋ ਗਏ ਹਾਂ ਅਤੇ ਤੁਸੀਂ ਵੀ ਖਾਓ ਅਤੇ ਅਸੀਂ ਵੀ ਖਾਂਦੇ ਹਾਂ। ਫਰੈਂਡ ਜੇ ਤੁਸੀਂ ਮੇਰੇ ਚੈਨਲ 'ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰ ਲਿਓ, ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀਆਂ ਨੇ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ। ਚਲੋ ਜੀ ਆਪਾਂ ਅੱਜ ਦੀ ਵੀਡੀਓ ਦਾ ਐਂਡ ਇੱਥੇ ਹੀ ਕਰਦੇ ਹਾਂ ਜੀ, ਨੈਕਸਟ ਵੀਡੀਓ ਦਾ ਜੀ ਮਿਲਦੇ ਤੁਹਾਨੂੰ ਜੀ, ਚੰਗਾ ਜੀ, ਬਾਏ ਬਾਏ। ਮਾਮਾ ਮਾਮਾ ਮਾਮੂ ਮਾਮੂ ਜਾ ਨਹੀਂ ਤਾਂ ਨਹੀਂ।